ਜਿਹੜਾ ਇਸ਼ਤਿਹਾਰ ਦਿੱਤਾ ਜਨਾਬ ਦੀ ਖਿਦਮਤ ਤੇ ਯਾਦ ਰਹੇ। ਦੋਸਤੋ ਅੱਜ ਅਸੀਂ ਆਏ ਨੇ ਜੀ ਦਸਤਾ ਔਰ ਪੈਸਾ ਬਣ ਗਏ ਸੁਪਰ ਸ਼ਹਿਜ਼ਾਦ ਦਸਤਾ ਇੰਜੀਨੀਅਰ ਇਹਨਾਂ ਦੀ ਵਰਕਸ਼ਾਪ ਜੀ ਦਸਤਾ ਦੇ ਵਿੱਚ ਇੱਥੇ ਇਹਨਾਂ ਭਾਈ ਕੋ ਅਸੀਂ ਆਏ ਹਾਂ ਸਿਰਫ ਆਉਣ ਦਾ ਜਿਹੜਾ ਮਕਸਦ ਦੋਸਤਾਂ ਮਾਲੂਮਾਤ ਦੇਣ ਨਾਲ ਕਿ ਜਿਸ ਤਰ੍ਹਾਂ ਦੋਸਤ ਅੱਜ ਕੱਲ੍ਹ ਗਰਮੀਆਂ ਅਤੇ ਦੋਸਤਾਂ ਮਸ਼ੀਨ ਨਹੀਂ ਰੈਪਰ ਬਾਈਂਡਰ ਨਹੀਂ ਉਸ ਵਾਸਤੇ ਦੋਸਤਾਂ ਅੱਛੀ ਅੱਛੀ ਮਾਲੂਮਾਤ ਇਨਸ਼ਾਅੱਲਾ ਦੱਸਾਂ ਕਿ ਇਹਦੀ ਰੈਪਰ ਬਾਈਂਡਰ ਦੇ ਵਿੱਚ ਇਹਨਾਂ ਭਾਈਆਂ ਦਾ ਇੱਕ ਨਾਮ ਹੈ ਫੈਸਲ ਭਾਈ ਦਾ ਸੁਪਰ ਸ਼ਹਿਜ਼ਾਦ ਵਾਲੇ ਅਤੇ ਕਿਉਂਕਿ ਮੈਂ ਦੇਖਦਾ ਪਿਆ ਕਿ ਕੁਛ ਵੀਡੀਓ ਵੀ ਮੈਂ ਦੇਖਿਆ ਔਰ ਕੁਛ ਲੋਕਾਂ ਨੇ ਜਿਹੜੇ ਵਿਊ ਆ ਉਹਨੂੰ ਵੀ ਮੈਂ ਦੇਖਿਆ ਕਿ ਇਹਨਾਂ ਦੀ ਮਸ਼ੀਨ ਕੁਛ ਜ਼ਿਆਦਾ ਬਿਹਤਰ ਚੱਲ ਰਹੀ ਅਤੇ ਅੱਜ ਇਸ ਹਵਾਲੇ ਨਾਲ ਇਹਨਾਂ ਕੋਲ ਆਏ ਹਾਂ ਔਰ ਇਹਨਾਂ ਦੇ ਕੁਛ ਸਵਾਲ ਕਰਸਾਂ। ਦੋਸਤ ਵਿਆਹ ਜਿਹੜੇ ਜ਼ਮੀਨਦਾਰ ਹਨ ਉਹਨਾਂ ਮਾਲੂਮਾਤ ਅੱਛੀ ਅੱਛੀ ਦੱਸਾਂ ਮਜ਼ੀਦ ਅੱਗੇ ਵੀਡੀਓ ਕਰਨ ਤੋਂ ਪਹਿਲੇ ਰਿਕੁਐਸਟ ਹੀ ਦੱਸਾਂ ਕਿ ਜਿਹੜਾ ਮੇਰਾ ਚੈਨਲ ਹੈ ਅਦਰ ਬਿਲਾਕ ਨੂਰ ਤੁਸੀਂ ਸਬਸਕ੍ਰਾਈਬ ਕਰੋ ਔਰ ਦੋਸਤਾਂ ਨਾਲ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨੀ ਜੀ। ਵੀਡੀਓ ਪਸੰਦ ਆਵੇ ਤਾਂ ਲਾਈਕ ਕਰ ਦੇਣਾ ਅਤੇ ਹੁਣ ਪੈਸਾ ਭਾਈ ਨਾਲ ਗੱਲ ਕਰਦੇ ਹਾਂ ਭਾਈਆਂ ਸਾਹਮਣੇ ਅੱਛਾ ਭਾਈਆਂ ਪਹਿਲੇ ਆਪਣਾ ਤੁਸੀਂ ਜਿਹੜੀ ਵਰਕਸ਼ਾਪ ਹੈ ਇਸ ਤਰ੍ਹਾਂ ਪੂਰਾ ਫਾਰਮ ਕਰੋ। ਮੇਰਾ ਨਾਮ ਮੁਹੰਮਦ ਫੈਸਲ ਸ਼ਹਿਜ਼ਾਦ ਮੁਗਲ ਹੈ ਸੁਪਰ ਸ਼ਹਿਜ਼ਾਦ ਐਗਰੋ ਦਸਤਾ ਦਾ ਨਾਮ ਆ ਰਹਾ ਹੈ। ਇਸ ਵਕਤ ਅਸੀਂ ਆਪਣੇ ਸ਼ੋਅਰੂਮ ਦੇ ਮੌਜੂਦ ਹਾਂ। ਠੀਕ ਹੈ ਅੱਛਾ ਭਾਈਆਂ ਅਸੀਂ ਅੱਜ ਤੁਸਾਂ ਕੋਲ ਮਾਲੂਮਾਤ ਦੇਣੀ ਜਿਹੜਾ ਤੁਸਾਂ ਰੈਪਰ ਬਾਈਂਡਰ ਹੈ ਇਸ ਦੇ ਹਵਾਲੇ ਨਾਲ ਮਾਲੂਮਾਤ ਦੇਣੀ। ਦੋਸਤਾਂ ਤੁਸੀਂ ਮਾਲੂਮਾਤ ਦਿਓ ਕਿ ਰੈਪਰ ਬਾਈਂਡਰ ਨਹੀਂ ਤੁਸਾਂ ਨੇ ਜਿਹੜਾ ਬਾਈਂਡਰ ਬਣਿਆ ਵਾ ਇਸ ਦੀ ਖਸੂਸੀਅਤ ਕੀ? ਇਹ ਜੀ ਪੂਰੇ ਪਾਕਿਸਤਾਨ ਦੇ ਵਿੱਚ ਕਾਮਯਾਬ ਫਰੰਟ ਰੀਪਰ ਬਾਈਂਡਰ ਬਣਾਉਣ ਵਾਲਾ ਸਾਡਾ ਅਦਾਰਾ ਹੈ। 68 ਸਾਲ ਤੋਂ ਅਸੀਂ ਕਾਮਯਾਬ ਫਰੰਟ ਰੀਪਰ ਬਾਈਂਡਰ ਬਣਾ ਰਹੇ ਹਾਂ ਅਤੇ ਹਰ ਸਾਲ ਅਸੀਂ ਨਵਾਂ ਰੀਪਰ ਬਾਈਂਡਰ ਮੁਤਾਰਫ ਕਰਵਾਉਂਦੇ ਹਾਂ ਅਤੇ ਜਿਹੜੀਆਂ ਹਰ ਸਾਲ ਉਹਨਾਂ 'ਚ ਕਮੀਆਂ ਪੇਸ਼ੀਆਂ ਆਉਂਦੀਆਂ ਨੇ ਇਸ ਵੀ ਉਹਨਾਂ ਨੂੰ ਦੂਰ ਕਰਦੇ ਹਾਂ। ਇਹ ਸਾਡੇ ਕੋਲ ਸਪੈਸ਼ਲ ਚੀਜ਼ ਹੈ 2023 ਦੀ ਸਟੀਲ ਵਾਲਾ ਫਰੰਟ ਰੀਪਰ ਬਾਈਂਡਰ ਹੈ। ਇਹਦੇ ਵਿੱਚ ਆ ਫਰੰਟ ਦੀਆਂ ਸਟੀਲ ਦੇ ਨੂੰ ਪਰੇ ਲੱਗੇ ਨੇ ਆ ਸਟੀਲ ਉੱਤੇ ਨੂੰ ਫਰੰਟ ਲੱਗੀ ਹੈ। ਇਹ 7 ਫੁੱਟ ਜਗ੍ਹਾ ਦੀ ਕਟਾਈ ਕਰਦੀ ਹੈ ਜੀ ਜੀ। ਇਹਨੂੰ ਥੱਲੇ ਬਲੇਡ ਵਧੀਆ ਬਲੇਡ ਲੱਗੇ ਨੇ ਗੈਡਾਂ ਥੱਲੇ ਇਹਨੂੰ ਵਧੀਆ ਲੱਗੀਆਂ ਨੇ। ਇਹਨੂੰ ਥੱਲੇ ਮੇਨ ਪਿੱਲਰ ਚੌਰੇ ਲੱਗੇ ਨੇ ਸਹੀ ਮੇਨ ਪਿੱਲਰ ਚੌਰੇ ਲੱਗੇ ਨੇ। ਸਪੈਸ਼ਲ ਇਹਦੇ 'ਚ ਚੈਨ ਦਾ ਇਸਤੇਮਾਲ ਕੀਤਾ ਗਿਆ ਹੈ। ਇਹਦੇ ਦੋਵਾਂ ਸਾਈਡਾਂ ਦੇ ਮਸ਼ੀਨ ਦੇ ਗੇਅਰ ਬਕਸੇ ਨੇ। ਅੱਛਾ ਕਿ ਰੀਪਰ ਜਦੋਂ ਟਰੈਕਟਰ ਦੇ ਅੱਗੇ ਪਾਇਆ ਜਾਂਦਾ ਤੇ ਇੱਕ ਸਾਈਡ ਤੇ ਵਜ਼ਨ ਰਹਿੰਦਾ ਹੈ ਤੇ ਦੋਵਾਂ ਸਾਈਡਾਂ ਦੇ ਗੇਅਰ ਬਕਸੇ ਕਰਨ ਦਾ ਮਕਸਦ ਇਹ ਹੋਵੇ ਕਿ ਇਹਦਾ ਵਜ਼ਨ ਮੇਨਟੇਨ ਰਵੇ ਬਰਾਬਰ ਰਵੇ ਕਿ ਕਟਾਈ ਰੈਪਰ ਉੱਚੀ ਨੀਵੀਂ ਨਾ ਕਰੇ ਜੀ। ਠੀਕ ਇਸ ਸਾਈਡ ਤੇ ਆਓ ਇਹ ਸਾਡਾ ਰੀਪਰ ਇਹ ਬਾਈਂਡਰ ਇਹ ਚੀਜ਼ਾਂ ਆ ਬੋਤਲਾਂ ਇਹਨਾਂ ਨੂੰ ਆਉਂਦੇ ਆ ਇਹ ਅੱਜ ਤੋਂ 10 ਸਾਲ ਪਹਿਲਾਂ ਆਈਆਂ। ਅੱਜ ਵੀ ਜਿਹੜੀਆਂ ਬਾਹਰੋਂ ਮਸ਼ੀਨਾਂ ਆ ਰਹੀਆਂ ਨੇ ਜਿਹੜੀਆਂ ਇੱਥੇ ਬਣੀਆਂ ਉਹਨਾਂ ਨੂੰ ਸਿਲਵਰ ਦੀਆਂ ਲੱਗੀਆਂ ਨੇ ਆਹ ਲੱਗੀਆਂ ਨੇ ਸਿਲਵਰ ਦੀਆਂ ਆਹ ਲੱਗੀਆਂ ਨੇ ਆਹ ਸਟਾਪਰ ਲੱਗੇ ਨੇ ਉਹਨਾਂ ਦੇ ਵਿੱਚ ਹੀ 6 ਮੂਸ ਹੋਏ ਨੇ ਜੀ। ਠੀਕ ਹੈ ਜਦੋਂ ਫਿਰ ਜ਼ਿਮੀਦਾਰ ਉਹਨਾਂ ਨੂੰ ਨਟਕਾ ਵਾਲਿਆਂ ਨੂੰ ਕਸ਼ਟ ਹੈ ਉਹ ਸਲਿਪ ਹੋ ਜਾਂਦੇ ਨੇ ਜਾਂ ਕਿਸੇ ਚੀਜ਼ ਦੇ ਨਾਲ ਵੱਜਣ ਨਾਲ ਉਹ ਟੁੱਟ ਜਾਂਦੇ ਨੇ ਕਰੈਕ ਹੋ ਜਾਂਦੇ ਨੇ। ਇਹ ਸਾਡੀ ਮਸ਼ੀਨ ਦੇ ਵਿੱਚ ਬਿਲਕੁਲ ਵੀ ਇੰਜ ਦਾ ਕੋਈ ਕੰਮ ਨਹੀਂ ਹੈ। ਇਹ ਅਸੀਂ ਲੋਹੇ ਦੀਆਂ ਇਸਤੇਮਾਲ ਕੀਤੀਆਂ ਗਈਆਂ ਨੇ। ਇਹ ਸ਼ਾਫਟਾਂ ਨੂੰ ਇੱਥੇ ਲੋਕ ਬੁਸ਼ ਪਾਉਂਦੇ ਨੇ ਇਸ ਜਗ੍ਹਾ ਤੋਂ ਲੋਕ ਬੁਸ਼ ਪਾਉਂਦੇ ਨੇ ਜਾਂ ਪਿੱਤਲ ਦੇ ਜਾਂ ਲੋਹੇ ਦੇ ਬੁਸ਼ ਪਾਉਂਦੇ ਨੇ ਦੇਗੀ ਪਾਉਂਦੇ ਨੇ। ਅਸੀਂ ਇਹ ਤੇ ਬੈਰੰਗ ਪਾਏ ਆ ਕਿ ਇਹ ਜਾਮ ਨਾ ਹੋਏ 2 ਸਾਲ ਵੀ ਗਲਤੀ ਨੇ ਇਹ ਜਾਮ ਨਾ ਹੋਏ। ਇਹ ਸਾਡਾ ਧਾਗਾ ਬੋਕਸ ਹੈ ਇਹਨੂੰ ਧਾਗਾ ਪਾ ਕੇ ਤੇ ਮਸ਼ੀਨ ਆਪਣਾ ਕੰਮ ਕਰੋ। ਆਮ ਰੀਪਰ ਬਾਈਂਡਰ ਨੂੰ ਜਿਹੜੇ ਆਮ ਸਾਡੇ ਤੇ ਪਾਕਿਸਤਾਨ ਵੀ ਭਰ ਰਹੇ ਨੇ ਉਹਨਾਂ ਨੂੰ ਲੋਕਾਂ 2 ਕਲਾਵੇ ਲਾਏ ਨੇ ਤੇ ਅਗਲੀ ਸਾਈਡ ਤੋਂ ਨੇ। ਅੱਛਾ ਇਹ ਸਾਡੇ 3 ਕਲਾਵੇ ਨੂੰ ਲੱਗੇ ਨੇ ਪਿਛਲੀ ਸਾਈਡ ਤੋਂ ਨੇ ਤੇ ਪਿਛਲੀ ਸਾਈਡ ਤੇ ਮਾਲ ਛਡਾ ਕੇ ਤੇ ਗੰਢ ਬੰਨ ਕੇ ਕੰਮ ਕਰਦੇ ਨੇ। ਸਾਡੇ ਕੋਲ ਫਰੰਟ ਰੀਪਰ ਬਾਈਂਡਰ 10 ਇੰਚ ਗੰਢ ਦੇ ਵਿੱਚ ਵੀ ਮੌਜੂਦ ਹੈ ਕਿ ਥੱਲੋਂ ਲੈ ਕੇ 10 ਇੰਚ ਦੇ ਗੰਢ ਬੰਨੇਗਾ ਤੇ 13 ਇੰਚ ਦੇ ਗੰਢ ਬੰਨੇਗਾ। ਇਹ 2 ਕਿਸਮ ਦੇ ਸਾਡੇ ਕੋਲ ਮੌਜੂਦ ਨੇ ਜਿਹੜਾ ਕਿਸੇ ਭਾਈ ਨੂੰ ਆਪਣੇ ਇਲਾਕੇ ਦੇ ਹਿਸਾਬ ਨਾਲ ਫਸਲ ਦੇ ਹਿਸਾਬ ਨਾਲ ਜਿਹੜਾ ਕਿਸੇ ਭਾਈ ਨੂੰ ਚਾਹੀਦਾ ਹੈ ਉਹ ਮਿਲ ਜਾਏਗਾ। ਇਹ 7 ਫੁੱਟ ਜਗ੍ਹਾ ਦੀ ਕਟਾਈ ਕਰਨ ਵਾਲਾ ਫਰੰਟ ਰੀਪਰ ਬਾਈਂਡਰ ਹੈ। ਇਹਦੇ ਵਿੱਚ ਸਾਡੇ ਕੋਲ ਡਬਲ ਦਾਤਰੀ ਵਾਲਾ ਵੀ ਹੈ ਇਹ ਸਿੰਗਲ ਦਾਤਰੀ ਵਾਲਾ ਵੀ ਹੈ। ਅੱਛਾ ਕਿਸੇ ਭਾਈ ਨੂੰ ਵੀ ਫਰੰਟ ਰੀਪਰ ਬਾਈਂਡਰ ਚਾਹੀਦਾ ਹੋਏ ਤਾਂ ਸਾਡੇ ਨਾਲ ਰਾਬਤਾ ਜ਼ਰੂਰ ਕਰੇ। ਅੱਛਾ ਭਾਈ ਇਸ ਦੀ ਕੀਮਤ ਫਿਲਹਾਲ ਕੌਣ ਸੀਜ਼ਨ ਕਿਉਂਕਿ ਸ਼ੁਰੂ ਹੈ ਇਹਦਾ ਮੌਜੂਦਾ ਰੇਟ ਹੈ ਜੀ 6,55,000 ਰੁਪਏ ਰੇਟ ਹੈ ਤੇ ਇਹਦੀ ਪ੍ਰੀ ਬੁਕਿੰਗ ਅਗਲੇ ਸਾਲ ਵਾਸਤੇ ਅਗਰ ਕੋਈ ਬੰਦਾ ਕਰਵਾਉਣਾ ਚਾਹੁੰਦਾ ਤੇ 5,75,000 ਰੁਪਏ ਦੇ ਵਿੱਚ ਅਸੀਂ ਇਹਦਾ ਨਾਲ ਕਰਾਂਗੇ। ਹਾਂ ਪੇਮੈਂਟ ਉਹ ਬੰਦੇ ਦੀ ਬੁਕਿੰਗ ਹੋ ਜਾਏ ਜੀ। ਠੀਕ ਹੈ ਅੱਛਾ ਭਾਈਜਾਨ ਇਹ ਤੁਸੀਂ ਦੱਸੋ ਜਿਹੜਾ ਇਹ ਕਲਾਵਾ ਤੁਹਾਡਾ ਜੀ ਜੀ ਇਹ ਵਾਲਾ ਕਲਾਵਾ ਇਹ ਪਿੱਛੇ ਤੁਸੀਂ ਲਾਉਣੇ ਨਾਲ ਜਿਹੜਾ ਮਕਸਦ ਹੈ ਉਹ ਕੀ ਹੈ ਇਸ ਵਿੱਚ ਕੀ ਫਾਇਦਾ ਕੀ ਹੈ ਅੱਗੇ ਵਾਲਾ ਕਲਾਵੇ? ਫਾਇਦਾ ਇਹ ਹੈ ਕਿ ਅੱਜ ਜਦੋਂ ਚੈਨ ਇਹ ਮਾਲ ਲੈ ਕੇ ਜਾਂਦਾ ਪਿਛਲੀ ਸਾਈਡ ਨੂੰ ਜੀ ਜੀ ਤੇ ਜਦੋਂ ਕਣਕ ਸਿੱਲੀ ਆਈਏ ਦੀ ਇੱਕ ਚੈਨ ਮਾਲ ਅੱਗੇ ਨੂੰ ਲੈ ਜਾਂਦਾ ਪਿੱਛੇ ਨੂੰ ਲੈ ਜਾਂਦਾ ਮਾਲ ਠੀਕ ਹੈ। ਅਗਲੀ ਸਾਈਡ ਤੇ ਹੋਏ ਹੈ ਤੇ ਕਲਾਵਾ ਤੇ ਮਾਲ ਛਡਾਉਣਾ ਉਹਦੇ ਵਾਸ ਔਖਾ ਹੈ ਤੇ ਪਿਛਲੀ ਸਾਈਡ ਤੋਂ ਕਲਾਵਾ ਇੱਥੋਂ ਵੀ ਹੋ ਕੇ ਆਉਂਦੇ ਇੱਕ ਕੀਲਾ ਵੀ ਮਗਰ ਨਹੀਂ ਜਾਣ ਦਿੰਦਾ ਪਿੱਛੇ ਵਹਿਣਾ ਚੈਨ ਦੇ ਵਿੱਚ ਫਸਣਾ ਫਸਣਾ ਨਹੀਂ। ਅੱਛਾ ਠੀਕ ਹੈ
ਇਹਦੀ ਇੱਕ ਸੀਜ਼ਨ ਦੀ ਮੁਕੰਮਲ ਸਪੇਅਰ ਪਾਰਟ ਦੀ ਗਰੰਟੀ ਹੈ ਜੀ। ਕੋਈ ਚੀਜ਼ ਟੁੱਟ ਜੇ, ਭੱਜ ਜੇ, ਖਰਾਬ ਹੋਈਏ, ਉਹਦੇ ਅਸੀਂ ਜ਼ਿੰਮੇਵਾਰ ਆ ਜੀ। ਠੀਕ ਹੈ, ਇੱਕ ਸੀਜ਼ਨ ਦੇ ਵਿੱਚ ਤੁਹਾਨੂੰ ਫ੍ਰੀ ਮਿਲੇਗੀ। ਤੁਹਾਡੇ ਇਲਾਕੇ ਦੇ ਵਿੱਚੋਂ ਵੀ ਸਾਡੇ ਕੋਲ ਡੀਲਰ ਮੌਜੂਦ ਨੇ, ਸਾਡੇ ਯਾਨੀ ਕਿ ਵਰਕਰ ਮੌਜੂਦ ਨੇ, ਟੀਮਾਂ ਸਾਡੀਆਂ ਵਰਕ ਦੇ ਵਿੱਚ ਹੁੰਦੀਆਂ ਨੇ ਸੀਜ਼ਨ ਦੇ ਦਿਨਾਂ ਦੇ ਵਿੱਚ। ਕੋਈ ਚੀਜ਼ ਚਾਹੀਦੀ ਹੋਏ ਬਿਲਾ ਬਗੈਰ ਪੈਸਿਆਂ ਤੋਂ ਤੁਹਾਨੂੰ ਇਨਸ਼ਾਅੱਲਾ ਸਾਡੇ ਕੋਲ ਚੀਜ਼ ਮਿਲੇਗੀ ਇੱਕ ਸੀਜ਼ਨ ਦੀ। ਅਗਰ ਤੁਹਾਡੀ ਸਮਝ ਦੇ ਵਿੱਚ ਫਿਰ ਵੀ ਕੋਈ ਗੱਲ ਨਹੀਂ ਆਉਣ ਡਈ, ਫਰਜ਼ ਕਰੋ ਯਾਨੀ ਕਿ ਸਾਡੀ ਲੇਬਰ ਆਈ ਜਾਂਦੀ ਤੁਹਾਡੇ ਕੋਲ, ਹੋ ਕੇ ਸਮਝ ਤੁਹਾਡੀ ਗੱਲ ਨਹੀਂ ਆਉਣ ਡਈ, ਤੁਹਾਨੂੰ ਇਹਦੀ ਚੀਜ਼ ਦੀ ਸਮਝ ਨਹੀਂ ਲੱਗਣ ਡਈ, ਅਸੀਂ ਦੁਬਾਰਾ ਵੀ ਤੁਹਾਨੂੰ ਲੇਬਰ ਮੁਹੱਈਆ ਕਰਕੇ ਦੇਵਾਂਗੇ ਜੀ। ਠੀਕ ਹੈ। ਅੱਛਾ ਇੱਕ ਭਾਈ ਜਾਨ, ਇਹ ਜਿਹੜੀ ਤੁਸੀਂ ਗਰਾਰੀ ਇੱਥੇ ਲਾਈ, ਇਹ ਉਸ ਕਲਾਵਾ ਪਿੱਛੇ ਚਲਾ ਗਿਆ, ਇਹ ਗਰਾਰੀ ਜਿਹੜਾ ਜ਼ਿਆਦਾ ਫਾਇਦਾ, ਇਹਦਾ ਫਾਇਦਾਮੰਦ ਇਹ ਵੇ ਗਿਆ, ਇੱਥੋਂ ਵੀ ਇੱਕ ਫੁੱਟ ਜਗ੍ਹਾ ਦੀ ਕਟਾਈ ਕਰਦੀ ਹੈ। ਅੱਗੇ ਜਿਹੜੇ ਰੀਪਰ ਬਾਈਂਡਰ ਆਉਂਦੇ ਸਨ ਉਹ ਇੱਥੋਂ ਤੱਕ ਬੰਦ ਸਨ, ਉਹ ਜਿਹੜੇ ਕਣਕਾਂ ਸਨ ਉਹਨਾਂ ਦੀਆਂ ਚਾਰ ਪੰਜ ਕਿਨਾਰ ਸਿਹਾਰੀਆਂ ਉਹ ਥੱਲੇ ਮਿਹਨੀਆਂ ਸਨ, ਇਹ ਸਿਰਫ ਇੱਕ ਹੀ ਆ, ਦੋ ਖਰਨੀਆਂ ਨੇ ਮਿਹਨਦੀਆਂ ਨੇ ਥੱਲੇ, ਇਹ ਬਾਕੀ ਇੱਥੋਂ ਵੀ ਕਟਾਈ ਕਰਨੀ ਹੈ। ਅਗਰ ਇੱਥੋਂ ਬੰਦ ਕਰਦੀ ਚਾਰ ਪੰਜ ਸਿਹਾਰੀਆਂ ਥੱਲੇ ਆਉਣਗੀਆਂ, ਪਰ ਉਹਨਾਂ ਦਾ ਨੁਕਸਾਨ ਹੁੰਦਾ ਹੀ, ਉਨੀ ਜਾਈ ਕੱਟਣੀ ਪੈਣੀ ਹੈ। ਇਹ ਇਸ ਤੋਂ ਲਾਈ ਹੈ ਕਿ ਇਹਦੇ ਵਿੱਚੋਂ ਵੀ ਇੱਥੋਂ ਮਾਲ ਖਰੀਦ ਇਹਨੂੰ ਮਾਲ ਫੜਨ ਵਾਸਤੇ ਆ, ਅਗਾਂਹ ਮਾਲ ਧਿਕਣੀ, ਇਸ ਵਜ੍ਹਾ ਦੇ ਅਸੀਂ ਸਟਾਰ ਲਾਇਆ, ਗਰਾਰੀ ਲਾਈ। ਠੀਕ ਹੈ ਦੋਸਤੋ, ਮੈਂ ਮਜ਼ੀਦ ਦੋਸਤਾਂ ਸਮਝਾ ਦੇਣਾ ਕਿ ਇਹ ਜਿਹੜੀ ਜਗ੍ਹਾ ਬਾਈਂਡਰ ਨੇ, ਇਹ ਘੱਟ ਤੋਂ ਘੱਟ ਜਗ੍ਹਾ ਰੱਖਸੀ, ਯਾਨੀ ਕਿ ਦੋ ਜਾਂ ਤਰੇ ਔੜੀਆਂ ਅਸੀਂ ਆਖ ਸਕਦੇ ਹਾਂ ਕਿ ਇਹ ਰੱਖਸੀ, ਇਸ ਤੋਂ ਇਲਾਵਾ ਬਾਕੀ ਮੁਕੰਮਲ ਹੀ ਕਟਾਈ ਕਰੇ ਸੀ, ਅਤੇ ਇਸ ਦਾ ਫਾਇਦਾ ਹੀ ਹੈ। ਬਾਕੀ ਇੱਕ ਹੋਰ ਜਿਹੜੀ ਗੱਲ ਹੈ ਜੀ, ਮੈਂ ਦੋਸਤਾਂ ਮਜ਼ੀਦ ਆਪਣਾ ਵੀ ਮਜ਼ੀਦ ਕਲੀਅਰ ਕਰਨਾ ਕਿ ਇਹ ਜਿਹੜੀ ਬੋਤਲ ਹੈ, ਫਰੰਟ ਵਾਲੀ ਹੋ ਗਈ ਜਾਂ ਬੈਕ ਵਾਲੀ ਹੋ ਗਈ, ਇਹ ਅੱਗੇ ਜਿਹੜੇ ਰੈਪਰ ਬਾਈਂਡਰ ਹੈ ਨੈਸ਼ਨਲ ਵਾਲ ਨੇ ਜਾਂ ਕੁਛ ਹੋਰ ਜਿਹੜੀ ਕੰਪਨੀਆਂ, ਉਸ ਵਿੱਚ ਸਿਲਵਰ ਨੇ, ਅਤੇ ਇਹਨਾਂ ਲੋਹੇ ਨੇ ਮੁਕੰਮਲ ਹੀ ਲਾ ਦਿੱਤਾ ਜੀ, ਨਾਟਰ ਬੋਤਲਾਂ ਵਗੈਰਾ ਹੋ ਗਈਆਂ ਜਾਂ ਇਹ ਉੱਤੇ ਜਿਹੜੀਆਂ ਇਹਨਾਂ ਪਲੇਟਾਂ ਨੇ ਇਨ ਵੀ ਔਰ ਕਲਾਵਾ ਵੀ ਇਨ ਲੋਹੇ ਵਿੱਚ ਆ ਗਈਆਂ ਔਰ ਇਹ ਜ਼ਿਆਦਾ ਮਜ਼ਬੂਤੀ ਹੋ ਗਈ, ਕਿਉਂਕਿ ਜਿਹੜੇ ਸਿਲਵਰ ਵਿੱਚ ਹੀ ਉਹ ਕਮਜ਼ੋਰ ਹੀ ਉਹ ਬਹੁਤ ਜਲਦੀ ਟੁੱਟ ਪੈਣੀ ਹੈ, ਅਤੇ ਇਹ ਕੁਝ ਚੀਜ਼ਾਂ ਬਹੁਤ ਅੱਛੀਆਂ ਜਿਹੜੀਆਂ, ਮੈਂ ਆਪ ਖੁਦ ਵੀ ਸਮਝਣਾ ਪਿਆ ਜੀ ਕਿ ਇਹ ਬਹੁਤ ਅੱਛੀਆਂ ਚੀਜ਼ਾਂ ਆਈਆਂ। ਬਾਕੀ ਇਨਸ਼ਾਅੱਲਾ ਕੋਸ਼ਿਸ਼ ਕਰਸਾਂ ਕਿ ਵੀਡੀਓ ਕੋਈ ਐਸੀ ਇਸ ਮਸ਼ੀਨ ਨਹੀਂ ਦੇਵਾਂ ਜਿੱਥੇ ਮਸ਼ੀਨ ਚੱਲਣੀ ਵੀ ਹੋਵੇ ਤਾਂ ਉਹ ਪੂਰੀ ਪਰਫਾਰਮੈਂਸ ਦੋਸਤਾਂ ਨਾਲ ਇਨਸ਼ਾਅੱਲਾ ਸ਼ੇਅਰ ਕਰਸਾਂ। ਅੱਛਾ ਫੈਸਲ ਭਾਈ, ਤੁਸੀਂ ਇੱਕ ਹੋਰ ਗੱਲ ਦੱਸੋ ਕਿ ਇਹ ਦੋ ਤੁਸਾਂ ਨੇ ਬਾਈਂਡਰ ਅਸੀਂ ਵੇਖਦੇ ਪਏ, ਇੱਕ ਜਗ੍ਹਾ 'ਤੇ ਤੁਸਾਂ ਇਹ ਜਿਹੜੇ ਫਿੰਗਰ ਲਾਏ, ਠੀਕ ਹੈ ਜੀ, ਇਸ ਵਿੱਚ ਫਿੰਗਰ ਹੈ ਜੀ ਜੀ, ਠੀਕ ਹੈ, ਦੂਸਰੀ ਵਿੱਚ ਇਹ ਮੈਂ ਥੱਲੇ ਦੋਸਤਾਂ ਵੇਖਣਾ ਕਿ ਇਸ ਵਿੱਚ ਫਿੰਗਰ ਨਹੀਂ ਲੱਗਾ ਵਾ, ਇਸ ਵਿੱਚ ਡਬਲ ਦਾਤਰੀ ਲੱਗੀ ਹੋਈ, ਹਾਂਜੀ ਹਾਂਜੀ, ਅਤੇ ਇਸ ਨਾਲ ਕੀ ਫਰਕ ਹੈ, ਇਸ 'ਤੇ ਥੋੜ੍ਹੀ ਰਨਵਾਈ ਕਰੋ। ਇਹ ਨੇ ਕਿ ਕੁਝ ਲੋਕ ਸਿੰਨੀਆਂ ਕਣਕਾਂ ਕੱਪਣੇ ਨੇ, ਹਰੀਆਂ ਕਣਕਾਂ ਕੱਪਣੇ ਨੇ ਜੀ ਜੀ, ਅਤੇ ਇਹਦੇ ਜਿਹੜੀ ਉਤਲੇ ਵਾਲੀ ਪਈ ਹੈ ਮਸ਼ੀਨ, ਇਹਨੂੰ ਕੱਢਣ ਲੱਗਿਆ ਮਸਲਾ ਪਰੇਸ਼ਾਨੀ ਆਏਗਾ, ਅਤੇ ਜਿਹੜੀ ਥੱਲੇ ਵਾਲੀ ਉਹਨੂੰ ਕੱਢਣ ਲੱਗਿਆ ਕੋਈ ਮਸਲਾ ਪਰੇਸ਼ਾਨੀ ਨਹੀਂ ਆਏ। ਅੱਛਾ, ਯਾਨੀ ਕਿ ਇਸ ਮਸ਼ੀਨ ਖੁਸ਼ ਗੰਦਮ ਹੋਵੇ, ਕਟਾਈ ਕਰੇਗੀ, ਉਹ ਸਿੰਨੀ ਹੋਏ, ਸੁੱਕੀ ਹੋਏ, ਗਿੱਲੀ ਹੋਏ, ਸਾਰੀਆਂ ਕਟਾਈ ਕਰੇ। ਅੱਛਾ, ਇਹ ਵਾਲੀ ਜਿਹੜੀ ਯਾਨੀ ਡਬਲ ਦਾਤਰੀ ਡਬਲ ਜੀ, ਠੀਕ ਹੈ, ਮਕਸਦ ਹੀ ਲਾਉਣਾ ਹੈ। ਦੋਵਾਂ ਮਸ਼ੀਨਾਂ ਦੇ ਰੇਟ ਦੇ ਵਿੱਚ 45,000 ਰੁਪਏ ਦਾ ਫਰਕ ਹੈ, ਥੱਲੇ 45,000 ਮਹਿੰਗੀ ਹੈ। ਅੱਛਾ, ਖਾਲੀ ਮਸ਼ੀਨ ਮਹਿੰਗੀ ਹੈ, 45,000 ਰੁਪਇਆ ਮਹਿੰਗੀ ਹੈ, ਠੀਕ ਹੈ, ਇਹਦਾ ਖਾਲੀ ਬਲੇਡ 4,000 ਰੁਪਏ ਦਾ, ਉਹਦਾ 40,000 ਰੁਪਏ ਦਾ ਬਲੇਡ ਹੈ। ਅੱਛਾ, ਠੀਕ ਹੈ, ਔਰ ਦੂਸਰਾ ਇਹ ਦੱਸੋ ਕਿ ਇਸ ਕੋਈ ਕਟਾਈ ਵਿੱਚ ਵੀ ਇਸ ਮਸ਼ੀਨ ਵਿੱਚ ਜਾਂ ਥੱਲੀ ਮਸ਼ੀਨ ਵਿੱਚ ਕੋਈ ਉੱਤੋਂ ਥੱਲੋਂ ਕਟਾਈ ਵਿੱਚ ਵੀ ਫਰਕ ਆਉਣਾ? ਹਾਂ, ਮਸ਼ੀਨ ਉੱਤੋਂ ਕਟਾਈ ਕਰਨੀ ਹੈ, ਉਹ ਮਸ਼ੀਨ ਥੱਲੋਂ ਕਟਾਈ ਕਰਨੀ ਹੈ। ਛੋਟੀ ਗੱਲ ਜਿਹੜੀ ਮੁੱਢੋਂ ਕਟਾਈ ਕਰਨੀ ਜ਼ਿਆਦਾ ਫਾਇਦਾ ਦੇ। ਬਿਲਕੁਲ ਬਿਲਕੁਲ। ਫੈਸਲ ਭਾਈ, ਕੋਈ ਹੋਰ ਤੁਸੀਂ ਦੋਸਤਾਂ ਕੋਈ ਐਸਾ ਪੈਗਾਮ ਦੇਣਾ ਚਾਹੋ? ਤਕਰੀਬਨ ਪੈਗਾਮ ਇਹ ਵੇ ਜੀ, ਕਿਸੇ ਬੰਦੇ ਨੂੰ ਰੀਪਰ ਬਾਈਂਡਰ ਸਾਡੇ ਕੋਲ ਚਾਹੀਦਾ ਹੋਏ, ਅਤੇ ਅਸੀਂ ਉਹਦੇ ਇਲਾਕੇ ਦੇ ਬੰਦਿਆਂ ਦਾ ਜਿਹਨਾਂ ਸਾਡੇ ਕੋਲ ਚੀਜ਼ਾਂ ਖਰੀਆਂ ਨੇ ਜੀ, ਚਕਵਾਲ ਸਾਈਡ ਦੇ ਪਟਵਾਰੀ ਜਿੰਨਾ ਵੀ ਇਲਾਕਾ ਹੈ, ਚਕਵਾਲ, ਤਲਾਗੰਗ, ਫਤਿਹਜੰਗ, ਡੁਰਨਾਲ, ਡੁੱਲੀਆਂ, ਅਟਕ, ਕੁਹਾਟ, ਅਸੀਂ ਉੱਥੋਂ ਦੇ ਬੰਦਿਆਂ ਦੇ ਫੋਨ ਨੰਬਰ ਮੁਹੱਈਆ ਕਰ ਦਿਆਂਗੇ, ਜਿਹੜੇ ਸਾਡੀ ਮਸ਼ੀਨਾਂ ਪਹਿਲਾਂ ਚਲਾਉਂਦੇ ਰਹੇ ਨੇ ਜਾਂ ਜਿਹਨਾਂ ਇਸ ਸੀਜ਼ਨ ਖਰੀਆਂ ਨਹੀਂ ਆ, ਜਿਹੜੇ 2-4-5 ਸਾਲ ਪਹਿਲਾਂ ਖਰੀਆਂ ਨੇ ਬੰਦੇ, ਜਿੰਨਾ ਮਸ਼ੀਨ ਖਰੀਦਣੀ ਹੈ ਮੌਕੇ 'ਤੇ ਜਾਣ, ਮਸ਼ੀਨ ਦੀ ਤਸੱਲੀ ਕਰਨ, ਮਸ਼ੀਨ ਚੱਲਦੀ ਵੇਖਣ, ਫਿਰ ਸਾਡੇ ਕੋਲ ਮਸ਼ੀਨ ਖਰੀਦਣੀ ਹੈ ਰੀਪਰ ਬਾਈਂਡਰ ਦੀ ਬੁਕਿੰਗ ਕਰਵਾਉਣੀ। ਫਰੰਟ ਰੀਪਰ ਬਾਈਂਡਰ ਖਰੀਦਣ ਵਾਸਤੇ ਸਾਡੇ ਮੌਜੂਦਾ ਨੰਬਰ 'ਤੇ ਰਾਬਤਾ ਕਰੋ, 0306-218-6070, ਟੈਲੀਨਾਰ ਦਾ ਨੰਬਰ ਨੋਟ ਕਰੋ 0343-810-6562, ਫੋਨ ਅਟੈਂਡ ਨਾ ਹੋਣ ਦੀ ਸੂਰਤ 'ਚ ਵਟਸਐਪ 'ਤੇ ਰਾਬਤਾ ਕਰੋ, ਤੁਹਾਨੂੰ ਸਾਡੀ ਟੀਮ ਜਵਾਬ ਦੇ ਦਿੱਤੀ ਜਾਏਗੀ। ਅਸਲਾਮ ਅਲੈਕੁਮ। ਕੋਸ਼ਿਸ਼ ਕੀਤੀ ਕਿ ਪੂਰੀ ਮਾਲੂਮਾਤ ਦੇਵਾਂ,
मजीद कोई दोस्त है किसी का सवाल हो कमेंट से मैं ना कर सकता तो मैं इंशाल्लाह कोशिश करे सर कि खुद भी जवाब देना अगर उत्तर प्रोफेसर भाई को जरूर रहनुमाई देंगे तो दोस्त जरूर रहनुमाई दोस्त नहीं करे सर एक जी गल मजनी प्रोफेसर भाई दस रहे पैन कि चलनी मशीन वेखो तुम चलनी मशीन वेखो मशीन पसंद आए तो मशीन खरीदो ये ना बहुत ही एक अच्छी गल की कि जमींदार ना ये फायदा कि मशीन हूँ एक सैटिस्फाइड हो सी तो हूँ की सर ना कि जो तुम कोई भी नवी कंपनी नहीं तुम मशीन चाह दी सो तो कल वास्ते तुम वास्ते परेशानी हो सी तो एक गल होर अगर फैसल भाई का काफ़ी डिस्कशन हुई कि जेड़ा आम रैपर है जेड़ा आम रैपर है वो जो बंद चलाने वाला है वे इन मशीन ईजीली चला सकता हाँ जी बिल्कुल एवं गल है क्योंकि जो नवा बंद जी पहले साल खिचल खार होगा तो वो आखना कि मशीन खराब है ये है वो है इस तरह तो इस वास्ते ये गल जेन मशीन करके ना कि इस मशीन का समझना जो बहुत जरूरी चाहे तुम्हारी बैक मशीन हो इटली वाली हो या किसी और कंपनी की हो चाहे फ्रंट ड्राइवर बाइंडर हो इस वास्ते जी समझना जरा बहुत जरूरी इस वास्ते की टेंशन नहीं खेलनी कि मशीन की खराब है या कंपनी ठीक नहीं या इस तरह की चीज़ें मशीन वास्ते दो तीन साल तो जिमीदार भाइयों वास्ते भी काम किया कि जेरे बंदे साढ़े को मशीन गिनन मशीन खरीदन उन्होंने असी ट्रेनिंग भी देनी है साड़ी फैक्ट्री के बच्चे बंदे हाँ दो चार पाँच दिन हफ्ता रहन उन्होंने असी ट्रेनिंग देने कि सीजन के दिनों के यानी कि मसला परेशानी जो उन्होंने को होए को आप ही हल कर लैन जो उन्होंने समझ कोई गल ना आए साड़ी जितने उन्होंने जरूरत हो फिर भी याद करवा ये ट्रेनिंग का सैशन भी असं शुरू किया है जेरे को भाई उंज भी आके कोई ट्रेनिंग साढ़े को लेना चाहन फ्री आप पास लै सकते हैं ये बहुत अच्छी गल है जी इतना जमींदार ना तावन मेरे ख्याल मुताबिक तो इतना कोई बंदा नहीं करे ना तो हूँ इतने तुम्हें विराम मंगना जी इजाजत इंशाल्लाह कोई और वीडियो गिन के तो इसकी वर्किंग वीडियो भी गिन के इंशाल्लाह कोशिश कर सकते जी असा अल्लाह हाफिज़ जी पाकिस्तान जिंदाबाद।